ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜੱਗੀ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅਤੇ ਆਪਣੇ ਆਪਣੇ ਘਰਾਂ 'ਚ ਖੁਸ਼ ਹੋਵੋਗੇ। ਅਤੇ ਆਪਾਂ ਤੁਹਾਡੇ ਲਈ ਲੈ ਕੇ ਆ ਗਏ ਅੱਜ ਇੱਕ ਹੋਰ ਨਵੀਂ ਵੀਡੀਓ। ਅਤੇ ਇਹਦੇ 'ਚ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜੇ ਆਪਣੇ ਕੰਪੀਟੀਸ਼ਨ ਸੀ ਉਹਨਾਂ 'ਚ ਆਪਣੀ ਕੀ ਪਲੇਸ ਰਹੀ, ਹੈ ਨਾ, ਕਿੱਦਾਂ ਦੀ ਪਰਫੋਰਮੈਂਸ ਰਹੀ। ਅਤੇ ਛੋਟੀਆਂ ਛੋਟੀਆਂ ਕਲਿਪਸ ਵੀ ਤੁਹਾਨੂੰ ਨਾਲ ਮੈਂ ਅਟੈਚ ਕਰ ਦਿਆਂਗਾ, ਜਿਹਦੇ ਨਾਲ ਤੁਸੀਂ ਦੇਖ ਲਓਗੇ ਕੰਪੀਟੀਸ਼ਨ ਦੀਆਂ ਪਰਫੋਰਮੈਂਸ, ਹੈ ਨਾ, ਅਤੇ ਬੋਡੀ ਕੰਡੀਸ਼ਨ ਵਗੈਰਾ। ਅਤੇ ਮਾਲਕ ਦੀ ਕਿਰਪਾ ਨਾਲ ਜਿੰਨੀ ਕੁ ਆਪਣੀ ਮਿਹਨਤ ਸੀਗੀ ਉਸ ਹਿਸਾਬ ਨਾਲ ਆਪਣਾ ਬਹੁਤ ਵਧੀਆ ਕੰਪੀਟੀਸ਼ਨ ਗਏ ਆ ਅਤੇ ਵਧੀਆ ਪਲੇਸਿਸ ਆਈਆਂ। ਆਪਣੀ ਮਿਸਟਰ ਪੰਜਾਬ, ਮਿਸਟਰ ਇੰਡੀਆ, ਮਿਸਟਰ ਨੌਰਥ ਇੰਡੀਆ, ਹੈ ਨਾ, ਥਰਡ ਪਲੇਸ ਆਈ ਆ। ਤਾਂ ਬਹੁਤ ਵਧੀਆ ਜਿਹੜਾ ਓਵਰਆਲ ਆਪਣਾ ਐਕਸਪੀਰੀਅੰਸ ਰਿਹਾ, ਹੈ ਨਾ। ਅਤੇ ਮੈਂ ਤੁਹਾਡੇ ਨਾਲ ਕੱਲ੍ਹ ਵੀ ਵੈਸੇ ਉੱਥੇ ਵੀ ਮੈਂ ਵੀਡੀਓ ਬਣਾਉਣੀ ਸੀਗੀ ਕੰਪੀਟੀਸ਼ਨਸ ਦੀ, ਪਰ ਇੰਨਾ ਟਾਈਮ ਨਹੀਂ ਸੀ, ਬਹੁਤ ਬਿਜ਼ੀ ਸੀ ਅਤੇ ਮੇਰੇ ਨਾਲ ਕੋਈ ਹੈ ਵੀ ਨਹੀਂ ਸੀਗਾ, ਮੇਰਾ ਕੋਈ ਯਾਰ ਦੋਸਤ। ਮੇਰੇ ਨਾਲ ਮੇਰੇ ਕੋਚ ਸੀਗੇ, ਬਟ ਉਹ ਤੁਹਾਨੂੰ ਪਤਾ ਹੀ ਹੈ ਫਿਰ ਕੋਚ ਦਾ ਇੱਕ ਡਰ ਹੁੰਦਾ, ਆਪਾਂ ਉੱਥੇ ਫਿਰ ਜ਼ਿਆਦਾ ਮੋਬਾਈਲ ਯੂਜ਼ ਕਰ ਨਹੀਂ ਸਕਦੇ, ਫਿਰ ਉੱਥੇ ਆਪਣਾ ਮੂਡ ਵੀ ਇੰਨਾ ਕੁ ਅਪਸੈਟ ਹੁੰਦਾ ਕਿ, ਹੈ ਨਾ, ਅਤੇ ਕਿ ਆਪਾਂ ਨਹੀਂ ਇੱਦਾਂ ਦੀਆਂ ਕੁਛ ਚੀਜ਼ਾਂ ਦਿਮਾਗ 'ਚ ਆਉਂਦੀਆਂ। ਸੋ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਸੋ ਜੋ ਵੀ ਗੱਲਾਂ ਬਾਤਾਂ 2 ਦਿਨਾਂ 'ਚ ਹੋਈਆਂ ਉਹ ਕਰਾਂਗੇ। ਅਤੇ ਦੂਜੇ ਨੰਬਰ 'ਤੇ ਮੈਂ ਸੋਚਿਆ ਸੀ ਚਲੋ 1-2 ਦਿਨ ਰੈਸਟ ਕਰਦੇ ਹਾਂ, ਅਤੇ ਫਿਰ ਆਪਾਂ ਰੈਸਟ ਕਰਦੇ ਹਾਂ, ਖਾਂਦੇ ਪੀਂਦੇ ਹਾਂ, ਫਿਰ ਆਪਾਂ ਜਾਵਾਂਗੇ ਜਿੰਮ। ਬਟ ਹੁਣ ਜਿੰਮ ਦਾ ਨਾ ਹੁਣ ਇੱਕ ਐਡਿਕਸ਼ਨ ਹੋ ਗਈ, ਐਡਿਕਸ਼ਨ ਹੋ ਗਈ, ਅਤੇ ਇੱਕ ਹੋਰ ਕੋਈ ਕੰਮ, ਮਤਲਬ ਕਿ ਕੰਮ, ਮਤਲਬ ਕਿ ਦਿਮਾਗ 'ਚ ਯਾਰ ਹੋਰ ਕਰਾਂਗੇ ਕੀ। ਮੈਂ ਸੋਚਿਆ ਸੀ 11-12 ਵਜੇ ਉੱਠਾਂਗੇ, ਆਰਾਮ ਨਾਲ ਨਹਾਵਾਂਗੇ, ਥੋੜ੍ਹੇ ਬਹੁਤੇ ਕੱਪੜੇ ਧੋਵਾਂਗੇ, ਅਤੇ ਚਲੋ ਡਿਊਟੀ ਚੜ ਜਾਂਗੇ, ਹੈ ਨਾ। ਅਤੇ ਬਟ ਹੋਇਆ ਕਿ ਮੈਂ ਤਾਂ ਉੱਠ ਖੜਾ ਹੋਈ, ਮੇਰੇ ਉੱਠ ਮੈਨੂੰ ਅਪਰੋਕਸੀਮੇਟ 6:30-7 ਵਜੇ ਮੈਂ ਉੱਠ ਜਾਂਦਾ ਸੀ ਪਹਿਲਾਂ, ਜਾਂ ਕਦੇ 7:30 ਵੀ ਹੋ ਜਾਂਦੇ ਸੀ, ਹੈ ਨਾ। ਤਾਂ ਮੇਰੇ ਉਹੀ ਉਹ ਲੱਗੀ ਹੋਈ ਸੀ ਆਦਤ ਬਣੀ ਹੋਈ ਸੀ, ਤਾਂ ਮੇਰੀ 8 ਵਜੇ ਜਾਗ ਖੁੱਲ੍ਹ ਗਈ। ਉਸ ਤੋਂ ਬਾਅਦ ਮੈਂ ਸੌਣ 'ਤੇ ਟਰਾਈ ਕੀਤਾ, ਨਹੀਂ ਧੋਤਾ। ਮੈਂ ਕਿਹਾ ਚਲੋ ਯਾਰ ਜੇ ਨਹੀਂ ਉਹ ਰਹਿੰਦਾ ਬਹੁਤਾ, ਜਿੰਨੀ ਕੁ ਰੈਸਟ ਨਾਲ ਰਾਤ ਲੇਟ ਬਹੁਤ ਸੁੱਤਾ, ਅਤੇ ਪਹੁੰਚੀ ਮਿੰਟ ਮੈਂ 3:30-4 ਵਜੇ ਸੁੱਤਾ, ਫਿਰ ਵੀ 8 ਵਜੇ ਆ ਕੇ ਖੁੱਲ੍ਹ ਗਈ। ਅਤੇ ਹੋਇਆ ਕਿ ਚਲੋ ਉੱਠੇ, ਰੂਮ ਰਾਮ ਦੀ ਸਫਾਈ ਕੀਤੀ, ਕੱਪੜੇ ਧੋਤੇ, ਤੁਹਾਨੂੰ ਦਿਖਾਉਣਾ ਕੱਪੜੇ ਦੇ, 2 ਘੰਟੇ ਪੂਰੇ ਪੂਰੇ 2 ਘੰਟੇ, 9:15-9 ਵਜੇ ਤੋਂ ਲੈ ਕੇ 11:15 ਦਾ ਟਾਈਮ ਆ ਹੁਣ ਇਸ ਟਾਈਮ, ਅਤੇ ਪੂਰੇ ਪੂਰੇ ਮੈਨੂੰ ਲੱਗਦਾ ਕਿ 2 ਘੰਟੇ ਪੌਣੇ 2 ਘੰਟੇ ਮੈਨੂੰ ਕੱਪੜੇ ਧੋਣ 'ਤੇ ਲੱਗ ਗਏ। ਤੁਹਾਨੂੰ ਕੱਪੜਿਆਂ ਦੀ ਕਲਿੱਪ ਵੀ ਦਿਖਾਉਣਾ, ਤਾਰ 'ਤੇ ਟੰਗੇ ਹੋਏ ਕੱਪੜੇ, ਉਹ ਕਿ ਕਿੰਨੇ ਕੱਪੜੇ ਸੀਗੇ, ਹੈ ਨਾ, ਕਿਉਂਕਿ ਕੰਪੀਟੀਸ਼ਨ ਸੀ, ਸਾਰਾ ਦਿਮਾਗ ਉੱਧਰ ਸੀ, ਅਤੇ ਫਿਰ ਕੱਪੜੇ ਧੋਣ ਦਾ ਟਾਈਮ ਹੀ ਨਹੀਂ ਲੱਗਦਾ ਸੀਗਾ, ਹੈ ਨਾ, ਅਤੇ ਨਾ ਹੀ ਉੱਧਰ ਮਾਇੰਡ ਜਾਂਦਾ ਸੀਗਾ, ਬਸ ਜੋ ਆਈ ਜਾਂਦੇ ਸੀ ਪਾਈ ਜਾਂਦੇ ਸੀ ਪਾਈ ਜਾਂਦੇ ਸੀ, ਬਾਅਦ 'ਚ ਧੋਵਾਂਗੇ ਸਾਰੇ, ਹੈ ਨਾ। ਤਾਂ ਫਿਰ ਅੱਜ ਕਾਫੀ ਕੰਮ ਕੀਤੇ ਆ, ਤੁਹਾਨੂੰ ਦਿਖਾਊਂਗਾ, ਹਾਲੇ ਤਾਂ ਸ਼ੂਜ਼ ਧੋਣ ਵਾਲੇ ਆ ਮੇਰੇ, ਘੱਟੋ ਘੱਟ 8-10 ਜੋੜੇ ਸ਼ੂਜ਼ ਦੇ ਮੇਰੇ ਸਾਫ ਕਰਨ ਵਾਲੇ ਆ, ਅਤੇ 3 ਸ਼ੂਜ਼ ਆ ਜਿਹੜੇ ਮੇਰੇ ਥੋੜ੍ਹੇ ਗੰਦੇ ਨਹੀਂ ਹੈਗੇ ਜ਼ਿਆਦਾ, ਅਤੇ ਉਹ ਮੈਂ ਅਲੱਗ ਰੱਖੇ ਹੋਏ ਆ, ਉਹ ਨਹੀਂ ਧੋਵਾਂਗਾ। ਬਟ 8 ਸ਼ੂਜ਼ ਦੇ ਜੋੜੇ ਮੇਰੇ ਹਾਲੇ ਵੀ ਵਾਸ਼ਰੂਮ 'ਚ ਪਏ ਆ ਜਿਹੜੇ ਮੈਂ ਧੋਣੇ ਆ ਹਾਲੇ, ਤਾਂ ਦੇਖਦੇ ਹਾਂ ਕੱਲ੍ਹ ਨੂੰ ਧੋਵਾਂਗੇ। ਅੱਜ ਤਾਂ ਮੈਂ ਅੱਕ ਗਿਆ ਧੋ ਧੋ ਕੇ, ਅਤੇ ਮੈਂ ਸੋਚਦਾ ਕਿ ਮੈਂ ਕੋਈ ਘੰਟਾ ਜਿੰਮ ਵੀ ਜਾਵਾਂ, ਹੈ ਨਾ। ਨਾਲੇ ਚੈਨਲ ਨੂੰ ਮੇਰੇ ਭਰਾ ਜ਼ਰੂਰ ਸਬਸਕ੍ਰਾਈਬ ਕਰ ਦਿਓ, ਤੁਹਾਡੇ ਭਰਾ ਜੱਗੀ ਦਾ ਚੈਨਲ ਆ ਜੱਗੀ ਅਫੀਸ਼ੀਅਲ, ਅਤੇ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ। ਅਤੇ ਜਦੋਂ ਮੇਰੇ ਭਰਾ ਚੈਨਲ ਵੀਡੀਓ ਦੇਖਦੇ ਹੁੰਦੇ ਆ ਤਾਂ ਲਾਈਕ ਜ਼ਰੂਰ ਕਰ ਦਿਓ, ਜੇ ਕੋਈ ਗਲਤੀ ਲੱਗਦੀ ਆ ਜਾਂ ਕੁਛ ਪੁੱਛਣਾ ਤਾਂ ਤੁਸੀਂ ਮੈਨੂੰ ਮਤਲਬ ਕਿ ਕਮੈਂਟ ਕਰ ਸਕਦੇ ਆ, ਹੈ ਨਾ, ਜਾਂ ਡਾਇਰੈਕਟ ਮੈਸੇਜ ਵੀ ਕਰ ਸਕਦੇ ਆ ਇੰਸਟਾ 'ਤੇ। ਇੰਸਟਾ 'ਤੇ ਵੀ ਮੇਰੀ ਜੱਗੀ ਅਫੀਸ਼ੀਅਲ ਨਾਮ 'ਤੇ ਆਈਡੀ ਆ, ਹੈ ਨਾ, ਜੱਗੀ ਅੰਡਰ ਰੇਟ ਅਫੀਸ਼ੀਅਲ, ਅਫੀਸ਼ੀਅਲ ਮਗਰ ਡਬਲ ਐਲ ਪੈਂਦੀ ਆ, ਤਾਂ ਤੁਸੀਂ ਉੱਥੇ ਵੀ ਮੈਨੂੰ ਤੁਸੀਂ ਫੋਲੋ ਕਰ ਸਕਦੇ ਹਾਂ, ਹੈ ਨਾ। ਉੱਥੇ ਵੀ ਆਪਾਂ ਆਪਣੀਆਂ ਨਵੀਆਂ ਵੀਡੀਓਜ਼ ਅਤੇ ਪੋਸਟਰ ਪਾਉਂਦੇ ਪਾਉਂਦੇ, ਮੈਡਲ ਜਿੱਤੇ ਆ, ਸਰਟੀਫਿਕੇਟ ਅਤੇ ਪ੍ਰੋਟੀਨ ਦੇ ਬੋਕਸਿਸ ਆਪਾਂ ਨੂੰ ਮਿਲੇ ਆ, ਉਹ ਵੀ ਦਿਖਾਊਂਗਾ ਮੈਂ ਤੁਹਾਨੂੰ, ਪਿਕਸ ਵਗੈਰਾ ਸ਼ੇਅਰ ਕਰਾਂਗਾ ਤੁਹਾਡੇ। ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਅਤੇ ਹੁਣ ਓਟਸ ਬਣਾ ਕੇ ਖਾ ਰਿਹਾ, ਓਟਸ ਬਣਾ ਕੇ ਖਾ ਕੇ ਫਿਰ ਜਿੰਮ ਚੱਲਾਂਗੇ, ਥੋੜ੍ਹੀ ਜਿਹੀ ਜਿੰਮ ਲਾਵਾਂਗੇ, ਜ਼ਿਆਦਾ ਨਹੀਂ, ਅਤੇ ਫਿਰ ਜੋ ਵੀ ਤੁਹਾਨੂੰ